ਹਲਕਾ ਵਿਧਾਇਕ ਦੇ ਸਿਆਸੀ ਦਬਾਅ ਹੇਠ ਥਾਣਾ ਬਹਿਰਾਮਪੁਰ ਦੀ ਪੁਲਿਸ ਵੱਲੋਂ ਕਿਸਾਨ ਤਰਲੋਕ ਸਿੰਘ ਨੂੰ ਜ਼ਮੀਨ ਵਿੱਚ ਝੋਨਾ ਬੀਜਣ ਤੇ ਰੋਕਣ ਦੇ ਖਿਲਾਫ ਕਿਰਤੀ ਕਿਸਾਨ ਯੂਨੀਅਨ ਵੱਲੋਂ ਥਾਣਾ ਬਹਿਰਾਮਪੁਰ ਦੇ ਬਾਹਰ ਧਰਨਾ ਦਿੱਤਾ ਗਿਆ। ਯੂਨੀਅਨ ਵੱਲੋਂ ਪ੍ਰਦਰਸ਼ਨ ਦੌਰਾਨ ਪੰਜਾਬ ਪੁਲਿਸ ਅਤੇ ਹਲਕਾ ਵਿਧਾਇਕ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਯੂਨੀਅਨ ਨੇ ਮੰਗ ਕੀਤੀ ਹੈ ਜੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇਨਸਾਫ ਨਾ ਮਿਲਿਆ ਤੇ ਉਹ ਅਗਲੀ ਮੀਟਿੰਗ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਸਤਬੀਰ ਸਿੰਘ ਨੇ ਦੱਸਿਆ ਕਿ ਤਿਰਲੋਕ ਸਿੰਘ ਨੇ ਪਿੰਡ ਨੀਵਾਂ ਧਕਾਲਾ ਦੇ ਕਿਸਾਨ ਚੰਨਣ ਸਿੰਘ ਦੀ ਬੇਟੀ ਕੋਲੋਂ ਆਪਣੀ ਪਤਨੀ ਦੇ ਨਾਮ ਸਾਲ 2013 ਵਿੱਚ ਨੋਕ ਨਾਲ 17 ਮਰਲੇ ਜ਼ਮੀਨ ਖਰੀਦੀ ਸੀ, ਜਿਸ ਦੀ ਰਜਿਸਟਰੀ ਅਤੇ ਇੰਤਕਾਲ ਉਹਨਾਂ ਦੇ ਨਾਮ 'ਤੇ ਹੈ। ਤਰਲੋਕ ਸਿੰਘ 2013 ਨੂੰ ਲੈ ਕੇ ਹੁਣ ਤੱਕ ਉਸਦੀ ਜ਼ਮੀਨ ਵਿੱਚ ਖੇਤੀ ਕਰਤਾ ਅਤੇ ਦੇਖ ਰੇਖ ਕਰ ਰਿਹਾ ਹੈ, ਪਰ ਹੁਣ ਪੁਲਿਸ ਵੱਲੋਂ ਹਲਕਾ ਵਿਧਾਇਕ ਦੇ ਸਿਆਸੀ ਦਬਾਅ 'ਤੇ ਪੁਲਿਸ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਤਰਲੋਕ ਸਿੰਘ ਨੂੰ ਉਸਦੀ ਜ਼ਮੀਨ ਵਿੱਚ ਝੋਨਾ ਲਾਉਣ ਤੋਂ ਰੋਕ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਦਾ ਕਹਿਣਾ ਹੈ ਕਿ ਭੁਪਿੰਦਰ ਸਿੰਘ ਕਿਸਾਨ ਵੱਲੋਂ ਉਸਨੇ ਰਕਬੇ ਦੀ ਸਟੇਅ ਲਿਆ ਗਿਆ ਹੈ, ਜਦਕਿ ਤਰਲੋਕ ਸਿੰਘ ਵੱਲੋਂ ਉਸਦੇ ਖਿਲਾਫ਼ ਅਦਾਲਤ ਵਿੱਚ ਅਪੀਲ ਵੀ ਕੀਤੀ ਗਈ ਹੈ। 13 ਤੋਂ ਲੈ ਕੇ ਹੁਣ ਤੱਕ ਉਸ ਜ਼ਮੀਨ 'ਤੇ ਕਬਜ਼ਾ ਵਾ, ਉੱਥੇ ਇੰਜਣ ਲੱਗਿਆ, ਬੋਰ ਲੱਗਿਆ, ਕਣਕ ਅਸਾਂ ਕੱਟੀ ਹੈ ਤਰਲੋਕ ਸਿੰਘ ਨੇ, ਪਰ ਹੁਣ ਜਿਹੜੀ ਹੈ ਲੋਕਲ ਪੁਲਿਸ ਇਸ ਨਾਂ ਥੱਲੇ ਕਿ ਦੋਨਾਂ ਭਰਾਵਾਂ ਦਾ ਨਾਂ ਗਰਦੌਰੀ ਹੈ, ਉਹਨਾਂ ਕੋਲ ਸਟੇਅ ਹੈ ਅਤੇ ਪੈਲੀ ਵਿੱਚ ਵੜਨ ਤੋਂ ਜਿਹੜਾ ਰੋਕਿਆ ਜਾ ਰਿਹਾ। ਹਾਲਾਂਕਿ ਅਸੀਂ ਇਹ ਗੱਲ ਕਹੀ ਹੈ ਕਿ ਰਜਿਸਟਰੀ ਸਾਡੇ ਕੋਲ ਆ, ਕਬਜ਼ਾ ਸਾਡਾ ਜਿਹੜਾ ਲਗਾਤਾਰ 13 ਤੋਂ ਲੈ ਕੇ ਹੁਣ ਤੱਕ ਵਾ, ਅਸੀਂ ਆਪਣੇ ਹਿੱਸੇ ਦੀ ਜ਼ਮੀਨ ਆ ਨੌਕਰ ਵਾਲਾ 17 ਮਰਲੇ ਉਹੀ ਕਾਸ਼ਤ ਕਰਦੇ ਆਏ ਹਾਂ, ਉਹੀ ਕਾਸ਼ਤ ਕਰਨੀ ਆ, ਫਾਲਤੂ ਕੁਛ ਨਹੀਂ ਕਰਨਾ। ਅਤੇ ਜਿਹੜਾ ਉਹ ਸਟੇਅ ਦੱਸਦੇ ਉਹਦੇ ਅੱਗੇ ਅਪੀਲ ਚੱਲਣ ਡਈ ਹੈ, ਜਿੰਨੀ ਦੇਰ ਤੱਕ ਅਪੀਲ ਸਾਡੀ ਡਿਸਮਿਸ ਨਹੀਂ ਹੁੰਦੀ ਉੰਨੀ ਦੇਰ ਤੱਕ ਪੁਲਿਸ ਸਾਨੂੰ ਰੋਕ ਨਹੀਂ ਸਕਦੀ। ਇਹ ਵੀ ਹਲਕਾ ਵਿਧਾਇਕ ਦੇ ਦਬਾਅ ਥੱਲੇ ਸਥਾਨਕ ਪੁਲਿਸ ਵੱਲੋਂ ਜਿਹੜਾ ਤਰਲੋਕ ਸਿੰਘ ਨੂੰ ਪੈਲੀ ਝੋਨਾ ਲਾਉਣ ਤੋਂ ਰੋਕਿਆ ਜਾ ਰਿਹਾ, ਉਹਦੇ ਖਿਲਾਫ਼ ਕੌਣ ਰੋਕ ਰਿਹਾ? ਲੋਕਲ ਪੁਲਿਸ ਨੇ ਹਲਕਾ ਵਿਧਾਇਕ ਦੇ ਜਿਹੜੇ ਇਹਨਾਂ ਦਬਾਅ 8 ਮਰਲੇ ਰਕਬਾ ਪਿੰਡ ਨੀਵਾਂ ਧਕਾਲਾ ਦੇ ਵਿੱਚ ਚੰਨਣ ਸਿੰਘ ਦਾ ਸੀ, ਉਹਦੇ 4 ਭਾਈਵਾਲ ਸੀ, ਜਿਹਦੇ ਵਿੱਚੋਂ ਉਹਨਾਂ ਦੀ ਲੜਕੀ ਰਮੇਸ਼ ਕੌਰ ਨੇ 22/7/13 ਨੂੰ ਆਪਣੇ ਹਿੱਸੇ ਦੀ ਜ਼ਮੀਨ ਜਿਹੜੀ ਆ ਉਹ ਤਰਲੋਕ ਸਿੰਘ ਦੀ ਘਰਦੀ ਦੇ ਨਾਲ ਬਲਜਿੰਦਰ ਕੌਰ ਦੇ ਨਾਲ ਰਜਿਸਟਰੀ ਕਰ ਦਿੱਤੀ ਔਰ ਇੰਤਕਾਲ ਵੀ ਚੜ ਗਿਆ, ਔਰ ਉਹ ਜ਼ਮੀਨ ਦੇ ਵਿੱਚ ਉਦੋਂ ਤੋਂ ਲੈ ਕੇ ਮੇਰਾ ਕਬਜ਼ਾ ਔਰ ਮੇਰਾ ਵਿੱਚ ਇੰਜਣ ਹੈ, ਮੇਰਾ ਵਿੱਚ ਹੋਰ ਹੈ, ਔਰ ਹੁਣ ਆਣ ਕੇ ਇੱਥੋਂ ਦੇ ਵਿਧਾਇਕ ਅਤੇ ਇੱਥੋਂ ਦੀ ਪੁਲਿਸ ਜਿਹੜੀ ਆ ਉਹਨਾਂ ਨੇ ਮੈਨੂੰ ਝੋਨਾ ਲਾਉਣ ਤੋਂ ਡੱਕਿਆ, ਇਸ ਕਰਕੇ ਅਸੀਂ ਦੁਖੀ ਹੋ ਕੇ ਇਹ ਜਿਹੜਾ ਤੁਹਾਨੂੰ ਧਰਨਾ ਦੇਣਾ ਪਿਆ। ਜੇ ਇਹਨੇ ਤਰਲੋਕ ਸਿੰਘ ਨੇ ਦਖਲਦਾਜ਼ੀ ਕਰਨੀ ਹੈ ਤਾਂ ਥਰੂ ਚੈਨਲ ਮਾਰਨਾ ਕਿਤੇ ਜਾ ਕੇ ਆਪਣੇ ਰੱਖੇ ਉਹਦੇ ਦਖਲ ਲੈ ਕੇ ਕਬਜ਼ਾ ਲੈ ਸਕਦਾ ਅਦਾਲਤ ਦਾ। ਇਹ ਅਸੀਂ ਤਾਂ ਅਦਾਲਤ ਦੇ ਕਾਜਾਂ ਮੁਤਾਬਕ ਜੋ ਕਾਰਵਾਈ ਕੀਤੀ ਹੈ ਦੋਹਾਂ ਪਾਰਟੀਆਂ ਨੇ ਸਖ਼ਤ ਪੂਜਾ ਕੀਤੀ ਆ, ਤਾਂ ਜੋ ਵੀ ਅਦਾਲਤ ਫੈਸਲਾ ਕਰੇਗੀ ਲਾਗੂ ਕਰੇਗਾ। ਨਗਰ ਤੋਂ ਸ਼ਮਸ਼ੇਰ ਮਨਹਰ ਤੇ ਦੀਪਕ ਕੁਮਾਰ, ਜੀਵੇ ਪੰਜਾਬ ਟੀਵੀ।